ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਜੀ ਗਾਂ ਦੇ ਦੁੱਧ ਦੀ ਬਰਫੀ ਬਣਾਉਣੀ ਆ। ਇਹ ਬੌਲੀ ਵਾਲਾ ਦੁੱਧ ਆ, ਇਹ ਸਾਡੇ ਫੈਮਿਲੀ ਫਰੈਂਡ ਨੇ ਜਟਾਣੇ ਤੋਂ ਉਹ ਦੇ ਕੇ ਗਏ ਨੇ, ਕਿਉਂਕਿ ਸਾਡੇ ਘਰੇ ਡੰਗਰ ਨਹੀਂ ਹੈਗੇ। ਇਹਦੀ ਅਸੀਂ ਬਰਫੀ ਬਣਾਵਾਂਗੇ, ਜਿਹਦੇ ਵਿੱਚ ਆਟਾ, ਚੀਨੀ, ਬਦਾਮ, ਦੇਸੀ ਘਿਓ ਅਤੇ ਦਾਖਾਂ ਸਾਰਾ ਸਮਾਨ ਮੈਂ ਕੋਲ ਰੱਖਿਆ ਹੋਇਆ। ਥੋੜ੍ਹਾ ਜਿਹਾ ਆਟਾ ਪਾਵਾਂਗੇ, ਕਿਉਂਕਿ ਇਹਦੀ ਬਰਫੀ ਬਹੁਤ ਹੀ ਜ਼ਿਆਦਾ ਬਣਦੀ ਆ, ਤੁਹਾਡੇ ਸਰੀਰ ਲਈ ਵੀ ਬਹੁਤ ਜ਼ਿਆਦਾ ਲਾਭਦਾਇਕ ਆ। ਆਹ ਦੇਖੋ ਜੀ, ਗਾਂ ਦਾ ਦੁੱਧ ਇਹ ਕਿੰਨਾ ਜ਼ਿਆਦਾ ਸੋਹਣਾ ਹੋ ਗਿਆ। ਅਤੇ ਸਭ ਤੋਂ ਪਹਿਲਾਂ ਆਪਾਂ ਭੱਠੀ ਔਨ ਕਰਾਂਗੇ। ਭੱਠੀ ਹੋ ਗਈ ਔਨ, ਸਭ ਤੋਂ ਪਹਿਲਾਂ ਆਪਾਂ ਦੁੱਧ ਪਾਵਾਂਗੇ। ਅਸੀਂ ਫੌਜੀ ਫੌਜਣ ਇਕੱਠੇ ਹੋਏ ਫਿਰਦੇ ਕੰਨ ਕੇ ਧਮਾਕਾ ਧਮ ਗਿਆ ਧਮਾਕਾ। ਕਹਿਣ ਚਾਚੇ ਨੂੰ ਥੈਂਕ ਯੂ ਜਿਹਨੇ ਸਾਨੂੰ ਦੁੱਧ ਲਿਆ ਕੇ ਦਿੱਤਾ। ਆਪਣੇ ਕੋਲ ਹੋਰ ਦੁੱਧ ਬਚਿਆ ਹੋਇਆ, ਪਰ ਘਰ ਦੇ ਕਹਿੰਦੇ ਫਿਰ ਦੁੱਧ ਉੱਬਲ ਜਾਣਾ। ਪਿੰਡ ਹੈ ਸੋਨੀ, ਉੱਦਾਂ ਮਰਦਾ ਵੀ ਮੱਖੀਆਂ ਨੇ ਪਿਣਕਣ, ਮੱਖੀਆਂ ਬਹੁਤ ਜ਼ਿਆਦਾ ਹੋ ਗਈਆਂ ਅਤੇ ਮੱਛਰ ਵੀ ਦੇਖੋ ਇੱਧਰ ਬੈਠੇ ਆ ਵੱਡੇ ਵੱਡੇ ਮੱਛਰ, ਇਹ ਪਹਿਲਾਂ ਹੀ ਵੇਟ ਕਰਦੇ ਹੁੰਦੇ ਆ। ਰਾਜਦੀਪ ਅਤੇ ਇੱਕ ਦਾ ਕਮੈਂਟ ਹੈ, ਕਹਿੰਦਾ ਮੁੰਡਾ ਕਿ ਕੁੜੀ ਹੈ ਦੱਸ ਦਿਓ ਸਾਨੂੰ, ਬਾਲ ਤਾਂ ਦਿਖਾਈ ਕਿੰਨੇ ਹਨ, ਹੈ ਆਏ ਉਹਨਾਂ ਨੂੰ ਕੀ ਪਤਾ ਲੱਗਣਾ, ਇਹਦਾ ਪ੍ਰੂਫ ਦੇਣਾ ਪੈਣਾ। ਪ੍ਰੂਫ ਦੇ ਦੇ ਬਾਅਦ ਹੀ, ਪ੍ਰੂਫ ਦੇ ਦੇ ਕੋਈ ਨਾ, ਸਬਸਕ੍ਰਾਈਬਰ ਆਪਣੇ ਘਰ ਦੇ ਹੀ ਦੇ, ਇਹ ਕਹਿੰਦਾ ਪ੍ਰੂਫ ਆ। ਬਸ ਹੁਣ ਵੇਟ ਕਰਨੀ ਆ, ਹੋਰ ਕੁਛ ਨਹੀਂ ਕਰਨਾ। ਮੰਮੀ ਪਹਿਲਾਂ ਕਿੰਨੀ ਵਾਰ ਬਣਾਈ ਆ ਰੈਸਪੀ? ਇਹ ਪਹਿਲਾਂ ਅਸੀਂ ਪਿਛਲੇ ਸਾਲ ਬਣਾਈ ਸੀ, ਬਹੁਤ ਵਧੀਆ ਬਰਫੀ ਬਣੀ ਸੀ, ਮਨਾ ਬਣਾ ਕੇ ਦਿੱਤੀ ਸੀ, ਮਨਾ ਦੱਸ ਸਕਦਾ ਵੀ ਕਿੰਨੀ ਸਵਾਦ ਸੀ। ਓਏ ਵਧੀਆ ਦੀ ਬਰਫੀ ਪਿਛਲੇ ਸਾਲ, ਬਹੁਤ ਜ਼ਿਆਦਾ ਸਵਾਦ। ਲਓ ਜੀ, ਜਿਹੜਾ ਅਸੀਂ ਬੌਲੀ ਵਾਲਾ ਦੁੱਧ ਰੱਖਿਆ ਸੀ ਉਹ ਫਟ ਗਿਆ ਹੁਣ ਸਾਡਾ, ਅਤੇ ਹੌਲੀ ਹੌਲੀ ਹੁਣ ਇਹਨੂੰ ਚਲਾਈ ਜਾਣਾ ਵੀ ਥੱਲੇ ਨਾ ਲੱਗ ਜਾਵੇ। ਇਹਦੇ ਵਿੱਚ ਕੋਈ ਕਿਸੇ ਚੀਜ਼ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਵੀ ਤੁਸੀਂ ਨਿੰਬੂ ਪਾਉਣਾ ਜਾਂ ਕੋਈ ਹੋਰ ਪਾਉਣਾ, ਨਿੰਬੂ ਦਾ ਸਾਥ ਆ ਇਹ, ਕਿਉਂਕਿ ਬੋਹਣਾ ਦੁੱਧ ਹੁੰਦਾ ਆਪਣੇ ਆਪ ਹੀ ਫਟ ਜਾਂਦਾ। ਸਾਡੀ ਬੋਲੀ ਕਾਫੀ ਅੱਧ ਤੋਂ ਵੀ ਘੱਟ ਗਈ ਹੈ, ਹੁਣ ਅਸੀਂ ਇਹਦੇ ਵਿੱਚ ਮਿੱਠਾ ਪਾਉਣਾ। ਲੋਕ ਪੁੱਛਦੇ ਰਹਿੰਦੇ ਨੇ ਵੀ ਤੁਸੀਂ ਮਿੱਠਾ ਕਿਸ ਹਿਸਾਬ ਨਾਲ ਪਾਉਂਦੇ ਹੋ, ਮੈਂ ਅੱਜ ਤੱਕ ਨਾ ਸਬਜ਼ੀ 'ਚ ਕਦੇ ਲੂਣ ਮਿਰਚ ਤੋਲ ਨਾਪ ਕੇ ਪਾਇਆ ਅਤੇ ਨਾ ਹੀ ਮੈਂ ਕਦੇ ਖੋਏ 'ਚ ਮਿੱਠਾ ਤੋਲ ਨਾਪ ਕੇ ਪਾਇਆ, ਅੰਦਾਜ਼ੇ ਨਾਲ ਹੀ ਪਾ ਲੈਂਦੇ ਹਾਂ ਆਪਣੇ ਟੇਸਟ ਦੇ ਹਿਸਾਬ ਨਾਲ। ਅੱਧੀ ਚੀਨੀ ਪਾਈ ਹੈ ਅਸੀਂ, ਅੱਧੀ ਸ਼ੱਕਰ ਪਾਈ ਹੈ, ਕਿਉਂਕਿ ਚੀੜਾ ਪਾਉਣਾ ਇਹਦੇ ਵਿੱਚ ਹੌਲੀ ਹੌਲੀ ਮਿੱਠਾ ਪਾਉਂਦਾ, ਇਸ ਕਰਕੇ ਥੋੜ੍ਹਾ ਜਿਹਾ ਪਹਿਲਾਂ ਪਾਉਣਾ ਪੈਂਦਾ ਜਦੋਂ ਇਹਦੇ ਵਿੱਚ ਪਾਣੀ। ਜਿੰਨੀ ਦੇਰ ਇਹਦਾ ਪਾਣੀ ਨਹੀਂ ਸੁੱਕਦਾ ਉੱਨੀ ਦੇਰ ਅਸੀਂ ਇਹਨੂੰ ਚਲਾਈ ਜਾਣਾ ਹੈ। ਲਓ ਜੀ, ਸਾਡੀ ਗੋਲੀ ਦਾ ਖੋਆ ਤਿਆਰ ਹੋ ਗਿਆ, ਹੁਣ ਅਸੀਂ ਇਹਦੇ ਵਿੱਚ ਬਦਾਮ ਅਤੇ ਕਾਜੂ ਕੁੱਟ ਕੇ ਪਹਿਲੇ ਰੱਖੇ ਹੋਏ ਸੀ, ਅਸੀਂ ਉਹ ਐਡ ਕਰ ਦਈਏ ਥੋੜ੍ਹੇ ਜਿਹੇ, ਥੋੜ੍ਹਾ ਜਿਹਾ ਇਹਨੂੰ ਭੁੰਨਣਾ ਬਸ। ਇਹ ਹਰਦੀਪ ਅਤੇ ਰਾਜਦੀਪ ਨੂੰ ਐਲਰਜੀ ਆ, ਐਲਰਜੀ ਦੀ ਵਜ੍ਹਾ ਕਾਰਨ ਉਹਨਾਂ ਨੂੰ ਅਸੀਂ ਚੌਲਾਂ ਦਾ ਆਟਾ ਭੁੰਨ ਕੇ ਪਾਇਆ ਅਤੇ ਉਹਨਾਂ ਲਈ ਅਲੱਗ ਬਣਾਇਆ। ਚੌਲਾਂ ਦੇ ਆਟੇ ਵਾਲਾ ਹੋ ਗਿਆ ਤਿਆਰ, ਹੁਣ ਅਸੀਂ ਸਾਡੇ ਇਹਦੇ ਵਿੱਚ ਕਣਕ ਦਾ ਆਟਾ ਪਾਉਣਾ। ਪਹਿਲਾਂ ਇਹਦੇ ਵਿੱਚ ਦੇਸੀ ਘਿਓ ਪਾ ਲਓ, ਦੇਸੀ ਘਿਓ ਹੋ ਗਿਆ ਗਰਮ, ਹੁਣ ਤੁਸੀਂ ਇਹਦੇ ਵਿੱਚ ਆਟਾ ਐਡ ਕਰੋ।
आटे उदों तक भुनना जो तक लाल नहीं हो जाए। हम असि थले ला लिये क्योंकि असि खोए मिक्स करना। खोए वाली कड़ाही उपर रख लो। बाटा लिया जे खाना तेन पा गया। अज मेरिया बह दुख दी अज अंकल ने मदद की फुल बेटा मेनू तो हम करनी लेडीज कोई भी आई गल कह दी मैं तेरे बस भी नहीं बसना नहीं मर्जी काम कराओ कारीगर बंदा मूहे बिना कारीगर की देखिया थोड़ी मम्मी थक भी गई छोटे खुरचना लेके फिर मेनू ही फेरना पड़ा। डैडी ने खोचना चक लिया कुछ नहीं कहता अपने घर आली हूं ब्याह हो गए डैडी मम्मी कुट दो भजा दो मेनू रोटी कौन दूंगा जद भी देनी है मम्मी नहीं देनी चाहे नोहा मुंडे लखा को वधिया हो औखा रड़ी खर्चना बेटा चीज भी बहुत वधिया बन जानी है हाँ। अच्छा खर्चना फेरते फेरते थोनू गल दस दो मेरे गल याद आ कि जब मैं छुट्टी कट के गया मेनू लंगर कमांडर लाता मिस कमांडर फौज के एक साडा हौलदार बाबू ब्रेकफास्ट करन आया असी कहा बाबू जी भी तुसीं कदे लड़की नूं किसे नूं प्यार करिया छेड़िया तो कहिंदा भी मैं नहीं छेड़िया असी कहा भी आ बूटे नूं हथ ला जे तां सुंगल गया फिर तुसीं प्यार कीता जे नहीं सुंगलिया तां नहीं प्यार कीता बूटा सीगा जिवें लाजवंती कह दिंदे आ उहनूं बाबू ने पाई आई उंगली मारी ਉਹ ਸੱਚੇ ਸੁੰਗਲ ਜਾਂ ਸੁੰਗਲ ਦਾ ਹੈਗੇ ਸੀਗਾ ਉਹ ਕਹਿੰਦਾ ਜਦ ਮੈਂ ਪੀਏ ਚ ਪੜ੍ਹਦਾ ਸੀਗਾ ਰੇਲ ਗੱਡੀ ਚ ਇੱਕ ਕੁੜੀ ਦਾ ਮੈਂ ਹੱਥ ਦੱਬਦਾ ਸੀਗਾ ਕਹਿੰਦਾ ਮੈਂ ਅੱਜ ਤੱਕ ਕਿਸੇ ਨੂੰ ਨਹੀਂ ਦੱਸਿਆ ਤੁਸੀਂ ਮੇਰੇ ਤੋਂ ਕਹਾ ਲਿਆ ਫਿਰ ਤੁਸੀਂ ਦੱਸਿਆ ਨਹੀਂ ਬੁੱਟਾ ਹੋਇਆ ਨਾ ਅਸੀਂ ਨਹੀਂ ਦੱਸਿਆ ਉਹਨੇ ਬਾਬੂ ਨੇ ਜਾ ਕੇ ਆਪਣੇ ਸਟਾਫ ਚ ਗੱਲ ਕਰੀ ਵੀ ਤੁਸੀਂ ਇੱਧਰ ਆਓ ਤੁਸੀਂ ਕਦੇ ਕਿਸੇ ਕੁੜੀ ਨੂੰ ਪਿਆਰ ਕਰਿਆ ਛੇੜਿਆ ਉਹ ਕਹਿੰਦੇ ਵੀ ਅਸੀਂ ਨਹੀਂ ਕਹਿੰਦਾ ਬੂਟੇ ਨੂੰ ਲਾ ਹੱਥ ਉਹਦਾ ਕਹਿੰਦੇ ਬਾਬੂ ਜੀ ਤਾਂ ਉਨੀ ਸੁਗਰ ਦੇ ਅੰਦਰ ਕਹਿੰਦਾ ਮੇਰੇ ਤੋਂ ਸਾਰਿਆਂ ਨੇ ਸੱਚੀ ਉਹ ਕਹਾ ਲਿਆ ਬਾਬੂ ਨੂੰ ਪਤਾ ਨਹੀਂ ਸੀਗਾ ਵੀ ਲਾਜਵੰਤੀ ਦਾ ਬੂਟਾ ਜਾਂ ਸੂਈ ਮੂਵੀ ਦਾ ਬੂਟਾ ਹੱਥ ਲਾਏ ਤੇ ਸੁੰਗਲ ਕਰਦਾ ਚਲੋ ਕੋਈ ਵੀ ਵਿਅਕਤੀ ਲਾਵੇ ਸੁੰਗਲੇ ਜਾਣਾ ਉਹਨੇ ਕੁਛ ਦੇਰ ਸੁੰਗਲਦਾ ਫਿਰ ਇੱਕ ਦੋ ਮਿੰਟਾਂ ਬਾਅਦ ਆਪਣੇ ਆਪ ਹੀ ਕਰ ਜਾਂਦਾ ਜਿਹੜਾ ਖਾਊਗਾ ਉਹੀ ਸਵਾਦ ਦੱਸ ਸਕਦਾ ਵੀ ਇਹ ਕਿਵੇਂ ਬਣਿਆ।
ਹੁਣ ਤੁਹਾਨੂੰ ਖਾ ਕੇ ਦੱਸਦੇ ਆ ਵੀ ਇਹ ਕਿੰਨਾ ਸਵਾਦ ਆ। ਬਹੁਤ ਵਧੀਆ ਰਿਚ, ਭੁੰਨਿਆ ਵੀ ਪੂਰਾ ਗਿਆ, ਮਿੱਠਾ ਵੀ ਠੀਕ ਆ। ਇਹਦੇ ਸਵਾਦ ਦਾ ਇੱਕ ਹੀ ਕਾਰਨ ਆ ਵੀ ਲੋਹੇ ਦੀ ਕੜਾਹੀ ਹੋਵੇ, ਲੋਹੇ ਦਾ ਖੁਰਚਣਾ ਹੋਵੇ। ਜੇ ਤੁਸੀਂ ਅਲਮੀਨੀਅਮ ਦੀ ਕੜਾਹੀ 'ਚ ਕੱਢੋਗੇ ਜਾਂ ਅਲਮੀਨੀਅਮ ਦਾ ਖੁਰਚਣਾ ਹੋਊਗਾ ਫਿਰ ਨਹੀਂ ਸਵਾਦ ਦਾ ਫਰਕ ਹੋਊਗਾ। ਇਹ 'ਚ ਆਇਰਨ ਦਾ ਬਹੁਤ ਨਿਕਲਿਆ ਉਹਦਾ ਕੜਾਹੀ 'ਚੋਂ ਲੋਹੇ ਦਾ, ਲੋਹੇ ਦੀ ਕੜਾਹੀ ਲੋਹੇ ਦਾ ਹੀ ਖੁਰਚਣਾ ਹੋਣਾ ਚਾਹੀਦਾ। ਫਿਰ ਬਣਾ ਕੇ ਦੇਖੋ ਉਹਦਾ ਸਵਾਦ ਹੀ ਵੱਖਰਾ। ਅਸੀਂ ਲੱਗਿਆ ਜੀ ਕ੍ਰਿਕਟ ਖੇਡਣ, ਬਸ ਸ਼ੁਰੂ ਕਰਨ ਲੱਗਿਆ। ਉਦੋਂ ਪਹਿਲਾਂ ਬਸ ਸਵਾਦ ਆ ਥੋੜ੍ਹਾ ਡਿਫਰੈਂਟ ਵੀ ਆ, ਬੋਲੀ ਦਾ ਫਲੇਵਰ ਵੀ ਆਉਂਦਾ ਵਾ, ਬਰਫੀ ਦਾ ਫਲੇਵਰ ਵੀ ਆਉਂਦਾ। ਇੱਕ ਬਰਫੀ ਦਾ ਨਾਮ ਹੁੰਦਾ ਮੈਂ ਭੁੱਲ ਗਿਆ, ਇੱਕ ਚਿੱਟੀ ਜਿਹੀ ਬਰਫੀ ਨਹੀਂ ਹੁੰਦੀ ਹੈ ਜੀ, ਉਧੜੀ ਉਧੜੀ ਜੀ, ਉਹ ਜ਼ਿਆਦਾ ਉਹਦਾ ਟੇਸਟ ਆ। ਮੈਂ ਬਰਫੀ ਦਾ, ਹਾਂ ਉਹ ਬਰਫੀ ਦਾ ਨਾਮ ਭੁੱਲ ਗਿਆ ਮੈਂ, ਨੀਚੇ ਡਿਸਕ੍ਰਿਪਸ਼ਨ 'ਚ ਲਿਖ ਦਾਂਗੇ। ਉਹਦੇ ਵਰਗਾ ਟੇਸਟ ਆ, ਬਹੁਤ ਜ਼ਿਆਦਾ ਵਧੀਆ ਵਾ। ਪਹਿਲੀ ਵਾਰ ਖਾਧੀ ਆ ਮੈਂ ਬੋਲੀ ਵਾਲੀ, ਸੋ ਤੁਸੀਂ ਵੀ ਟਰਾਈ ਕਰਿਓ। ਲਓ ਜੀ ਮੰਮੀ ਨੇ ਥਾਲ ਦੇ ਵਿੱਚ ਸੈਟਲ ਕਰਨੀ ਸ਼ੁਰੂ ਕਰਤੀ। ਕਿੰਨੀਆਂ ਦੁਨੀਆਂ 'ਤੇ ਚੀਜ਼ਾਂ ਨੇ ਮੰਮੀ ਬਣਾਉਣ ਵਾਲੀਆਂ, ਹੈ ਨਾ। ਅਤੇ ਸਪੈਸ਼ਲੀ ਥੈਂਕਸ ਕੈਨ ਚਾਚੇ ਨੂੰ ਜਿਹੜਾ ਦੇ ਕੇ ਗਿਆ ਸਾਨੂੰ ਬੋਲੀ ਵਾਲਾ ਦੁੱਧ। ਹੁਣ ਇਹਨੂੰ ਅਸੀਂ ਠੰਡਾ ਹੋਣ ਲਈ ਰੱਖ ਦਾਂਗੇ, ਜਦੋਂ ਠੰਡਾ ਹੋ ਗਿਆ ਫਿਰ ਤੁਹਾਨੂੰ ਇਹਦੇ ਟੁਕੜਿਆਂ ਘਟਾ ਕੇ ਕੱਟ ਕੇ ਦੱਸਾਂਗੇ। ਚਾਹ ਮੈਨੂੰ ਪਾ ਦਿਓ, ਹੁਣ ਮੈਂ ਚਾਹ ਪੀ ਲੂੰਗਾ। ਹਾਂਜੀ ਫਿਰ ਕਹਿੰਦੇ ਆ ਮੁੰਡਾ ਪਤਲਾ ਨਹੀਂ ਹੁੰਦਾ, ਆਹੀ ਕੁਛ ਤਾਂ ਚੱਲਦਾ, ਕਰ ਲਓ ਜੋ ਕਰਨਾ। ਸੋ ਤਾਂ ਬੋਲੀ ਵਾਲੀ ਬਰਫੀ ਇਜ਼ ਰੈਡੀ, ਕੱਟੀ ਜਾ ਰਹੀ ਆ। ਪਲੇਟ ਨਾ ਵੀ ਥੱਲੇ ਕੱਟ ਦਿਓ, ਅਤੇ ਬਾਹਰ ਅੱਜ ਮੌਸਮ ਪੂਰਾ ਠੰਡਾ ਹੋਇਆ ਹੋਇਆ, ਇਸ ਕਰਕੇ ਅੰਦਰ ਬਹਿ ਗਈ ਆਪਾਂ ਅੱਜ ਚਾਹ ਦਾ ਆਨੰਦ ਮਾਣ ਰਹੇ ਹਾਂ। ਹੁਣੇ ਹੁਣੇ ਡੈਡੀ ਦੀ ਵੀਡੀਓ ਆਈ ਆ ਆਰਮੀ ਫਨੀ ਸਟੋਰੀ, ਜੇ ਤੁਸੀਂ ਨਹੀਂ ਦੇਖੀ ਤਾਂ ਚੈੱਕ ਕਰਿਓ। ਹਾਂ ਜ਼ਰੂਰ ਦੇਖੋ। ਉਹ ਡੈਡੀ 'ਤੇ ਫੋਕਸ ਨਹੀਂ ਆ ਰਿਹਾ, ਪਿੱਛੇ ਫੋਕਸ ਆ, ਚੱਕਰ ਕੀ ਆ, ਹੁਣ ਫੋਕਸ ਆਇਆ ਡੈਡੀ 'ਤੇ। ਵਾਹਿਗੁਰੂ ਵਾਹਿਗੁਰੂ। ਇਹ ਗਾਂ ਦੀ ਬੋਲੀ ਦੀ ਬਰਫੀ ਆ, ਬਹੁਤ ਹੀ ਜ਼ਿਆਦਾ ਟੇਸਟ ਆ, ਜਿੰਨਾ ਉਹਦਾ ਓਨਾ ਹੀ ਘਰ ਦੀ ਸ਼ੱਕਰ ਦਾ। ਹਾਂ ਖਾ ਕੇ ਦੇਖੋ, ਮਿੱਠਾ ਵੀ ਬਹੁਤ ਵਧੀਆ, ਨਾ ਮਿੱਠਾ ਜ਼ਿਆਦਾ ਨਾ ਘੱਟ। ਤੁਸੀਂ ਵੀ ਆਪੋ ਆਪਣੇ ਘਰ ਬਣਾ ਕੇ ਦੇਖੋ, ਬਣਾ ਕੇ ਔਰ ਉਹਦਾ ਆਨੰਦ ਲਓ। ਥੋੜ੍ਹੀ ਥੋੜ੍ਹੀ ਕੜਾਹ ਵਰਗੀ ਲੱਗ ਰਹੀ ਆ, ਥੋੜ੍ਹੀ ਥੋੜ੍ਹੀ ਮਿਲਕ ਦੀ, ਬਹੁਤ ਸਵਾਦ। ਰਵੀ ਸਾਰੇ ਜਾਣੇ ਕਹਿੰਦੇ ਹੁੰਦੇ ਨੇ ਰਵੀ ਨੂੰ ਤੁਸੀਂ ਕੋਈ ਚੀਜ਼ ਨਹੀਂ ਦਿੰਦੇ, ਆ ਜਾ ਖਾ ਲਓ ਬਈ। ਬਹੁਤ ਜ਼ਿਆਦਾ ਸਵਾਦ ਬਣੀ ਆ, ਥੋੜੀ ਠੰਡੀ ਠੰਡੀ ਜੀ ਲੱਗ ਰਹੀ ਆ ਮੈਨੂੰ, ਮੈਂ ਸੋਚਿਆ ਥੋੜੀ ਗਰਮ ਗਰਮ ਹੀ ਹੋਊਗੀ, ਠੰਡੀ ਠੰਡੀ ਜੀ ਲੱਗ ਰਹੀ ਆ, ਪਰ ਵਧੀਆ ਸਵਾਦ ਹੁੰਦਾ ਨਾਲ। ਤਾਂ ਦੇਖੋ ਕਿੰਨਾ ਸੋਹਣਾ ਟੈਕਸਚਰ ਹੈ ਇਹਦਾ, ਕਿੰਨੇ ਦਾਣੇ ਜੇ ਨੇ। ਆਪਾਂ ਵੀ ਟਰਾਈ ਕਰਨ ਲੱਗੇ ਹੁਣ, ਆਪਾਂ ਵੀ ਖਾਂਦੇ ਹਾਂ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਦਾ ਕਰੋ ਵਟਸਐਪ 'ਤੇ, ਫੇਸਬੁੱਕ 'ਤੇ, ਆਪਣੇ ਫਰੈਂਡਸ ਫੈਮਿਲੀ ਨਾਲ। ਮਿਲਦੇ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਵ ਯੂ, ਟੇਕ ਕੇਅਰ ਅਤੇ ਬਾਏ।